ਹਰਜਿੰਦਰ ਕੌਰ ਐਮ ਪੀ ਐਚ ਡਬਲਯੂ ਫੀਮੇਲ, ਅਰਬਨ ਪੀ ਐੱਸ ਸੀ ਬੇਅੰਤ ਨਗਰ, ਮਮਤਾ ਐਨ ਜੀ ਓ ਦੀ ਸਾਰੀ ਹੀ ਟੀਮ ਨਾਲ ਮਿਲ ਕੇ ਅਸੀਂ ਕੋਵਿਡ-19 ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਗਾ ਅਤੇ ਸਾਡਾ ਸਾਥ ਨਿਭਾਇਆ। ਜਿੱਥੇ ਵੀ ਸਾਨੂੰ ਸੇਵਾਵਾਂ ਦੀਆਂ ਇਹਨਾਂ ਦੀਆਂ ਜ਼ਰੂਰਤ ਹੁੰਦੀ ਸੀ, ਏਰੀਏ ਦੇ ਵਿੱਚ ਵੀ ਸਾਡੇ ਨਾਲ ਇਹਨਾਂ ਨੇ ਕੰਮ ਕਰਵਾਇਆ। ਹਾਊਸ ਟੂ ਹਾਊਸ ਪ੍ਰੈਗਨੈਂਟ ਲੇਡੀਜ਼ ਨੂੰ ਜਿੱਥੇ ਵੀ ਸਾਨੂੰ ਦਿੱਕਤ ਆਉਂਦੀ ਸੀ, ਕਿਸੇ ਪ੍ਰੈਗਨੈਂਟ ਨੂੰ ਅਸੀਂ ਘਰ ਤੋਂ ਲੈ ਕੇ ਆਉਣਾ ਹੁੰਦਾ ਸੀ, ਉਹਦੇ ਹਸਬੈਂਡ ਘਰ ਨਹੀਂ ਹੁੰਦੇ ਸੀ, ਅਤੇ ਉਹਨਾਂ ਨੂੰ ਇਹ ਸਾਨੂੰ ਟਰਾਂਸਪੋਰਟੇਸ਼ਨ ਵੀ ਮੁਹੱਈਆ ਇਹਨਾਂ ਨੇ ਕਰਵਾਈ ਹੈ ਅਤੇ ਬਹੁਤ ਸਹਿਯੋਗ ਕੀਤਾ ਗਾ। ਜਿੱਥੇ ਸਾਨੂੰ ਜ਼ਰੂਰਤ ਪੈਂਦੀ ਸੀ ਇਹਨਾਂ ਦੀਆਂ ਸੇਵਾਵਾਂ ਦੀ, ਵੀ ਅਸੀਂ ਉਹਨਾਂ ਨੂੰ ਮੋਟੀਵੇਸ਼ਨ ਕਰਵਾਉਣੀ ਹੈਗੀ ਆ, ਤਾਂ ਉੱਥੇ ਵੱਧ ਤੋਂ ਵੱਧ ਲੋਕਾਂ ਦਾ ਵੈਕਸੀਨੇਸ਼ਨ ਕਰਵਾਇਆ ਗਿਆ ਮੋਟੀਵੇਸ਼ਨ ਕਰਕੇ, ਨਾਲ ਹੀ ਪ੍ਰੈਗਨੈਂਟ ਲੇਡੀਜ਼ ਨੂੰ ਕੋਵਿਡ-19 ਦੀ ਵੈਕਸੀਨੇਸ਼ਨ ਲਈ ਮੋਟੀਵੇਟ ਕੀਤਾ ਗਿਆ ਅਤੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਇਆ ਗਿਆ। ਮੈਂ ਪੂਜਾ ਕੈਂਟ ਰੋਡ ਲੁਧਿਆਣਾ ਸੇ ਆਈ ਹੂੰ। ਪਹਿਲੇ ਮੁਝੇ ਕੋਵਿਡ ਕਾ ਟੀਕਾ ਲਗਾਉਣੇ ਮੈਂ ਡਰ ਲੱਗਤਾ ਥਾ, ਔਰ ਇਹ ਮੁਝੇ ਜਾਗਰੂਕ ਕੀਆ ਔਰ ਉਹਨੇ ਘਰ 'ਚ ਲੈ ਕੇ ਆਏ ਔਰ ਕੋਵਿਡ ਕਾ ਟੀਕਾ ਉਹਨੇ ਲਗਵਾਇਆ। ਅਬ ਉਸਕੇ ਵਜ੍ਹਾ ਸੇ ਕੋਈ ਉਹ ਡਰ ਨਹੀਂ ਹੈ, ਠੀਕ ਹੈ। ਉਸਕੇ ਵਜ੍ਹਾ ਸੇ ਉਹਨੇ ਸਭ ਕੁਝ ਜਾਗਰੂਕ ਕਰਕੇ ਯਹਾਂ ਪੇ ਹਮ ਉਨਕੋ ਆਟੋ ਸੇ ਲੈ ਕੇ ਆਏ ਔਰ ਫਿਰ ਉਹ ਕੋਵਿਡ ਕੇ ਇੰਜੈਕਸ਼ਨ ਲਗਾਉਣ ਕੇ ਬਾਅਦ ਉਹ ਘਰ ਪੇ ਛੋੜ ਦੇਂਗੇ। ਝੁੱਗੀਆਂ ਦੇ ਵਿੱਚ ਜਾ ਕੇ ਅਸੀਂ ਪਬਲਿਕ ਇਕੱਠੀ ਕਰਦੇ ਸੀ, ਸਾਡੇ ਆਸ਼ਾ ਵਰਕਰਸ ਮੰਜੂ ਦੇਵੀ, ਪਰਨੀਤ ਕੌਰ ਅਤੇ ਨਿਸ਼ਾ ਨੇ ਆਪਣੇ ਪੂਰੇ ਏਰੀਏ ਦੇ ਵਿੱਚ ਲੋਕਾਂ ਨੂੰ ਇਕੱਠੇ ਕੀਤਾ ਅਤੇ ਮਮਤਾ ਐਨ ਜੀ ਓ ਦੀ ਟੀਮ ਵੱਲੋਂ ਨੁੱਕੜ ਨਾਟਕ ਖੇਡੇ ਗਏ ਅਤੇ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ।